ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਖੜੀ ਸੀ ਰਸੋਈ ਦੇ ਵਿੱਚ ਤੇ ਮੇਰੇ ਇੱਕ ਗੱਲ ਯਾਦ ਆ ਗਈ ਤੇ ਜਿਹੜੀ ਕਿ ਮੈਂ ਕੁੜੀਓ ਤੁਹਾਡੇ ਨਾਲ ਵੀ ਸਾਂਝੀ ਕਰ ਲਾਂ ਭਾਈ ਤੇ ਵੀਰਾਂ ਨਾਲ ਵੀ ਸਾਂਝੀ ਕਰ ਲਾਂ ਹਨਾ। ਮੈਂ ਸੋਚੀ ਜਾਂਦੀ ਸੀ ਖੜੀ ਖੜੀ, ਮੈਂ ਕਿਹਾ ਐਤਵਾਰ ਦੀ ਸਾਰੇ ਪਾਸੇ ਛੁੱਟੀ ਹੁੰਦੀ ਹੈ, ਕੋਰਟ ਕਚਹਿਰੀ ਆਫਿਸ ਦੁਕਾਨਾਂ ਹਨਾ ਸਾਰੇ ਪਾਸੇ, ਸਕੂਲ ਕਾਲਜ ਸਭ ਬੰਦ ਹੁੰਦੇ ਨੇ ਐਤਵਾਰ ਨੂੰ, ਤੇ ਇੱਕ ਮਾਂ ਇਹੋ ਜਿਹੀ ਚੀਜ਼ ਹੁੰਦੀ ਹੈ ਜਿਹਨੂੰ ਕਦੇ ਵੀ ਛੁੱਟੀ ਨਹੀਂ ਮਿਲਦੀ। ਰਸੋਈ ਦੇ ਵਿੱਚ ਲੇਡੀਜ਼ ਨੂੰ ਕੋਈ ਵੀ ਕੋਈ ਔਰਤ ਹੈ ਉਹ ਵਿਚਾਰੀ ਸਾਰਾ ਦਿਨ, ਜਿੱਦੇ ਐਤਵਾਰ ਹੁੰਦਾ ਸਗੋਂ ਦੁੱਗਣਾ ਕੰਮ ਹੋ ਜਾਂਦਾ ਉਹਦੇ, ਫਿਰ ਐਂ ਹੋ ਜਾਂਦਾ ਵੀ ਆਹ ਵੀ ਕਰ ਲਓ ਉਹ ਵੀ ਕਰ ਲਓ। ਤੇ ਭਾਈ ਮੈਂ ਵੀ ਬਸ ਆਈ ਮੈਂ ਉਲਝੀ ਰਹਿੰਦੀ ਹਾਂ, ਤੇ ਅੱਜ ਐਤਵਾਰ ਸੀਗਾ ਤੇ ਤੁਹਾਨੂੰ ਪਤਾ ਐਤਵਾਰ ਨੂੰ ਜਵਾਕਾਂ ਨੂੰ ਐਂ ਹੋ ਜਾਂਦਾ ਵੀ ਮਾਂ ਨੂੰ ਮਿਲ ਕੇ ਆਈਏ, ਨਾਲੇ ਤਾਂ ਮਾਂ ਨੂੰ ਐਂ ਹੋ ਜਾਊਗਾ ਵੀ ਮੈਨੂੰ ਮਿਲਣ ਆ ਗਏ ਤੇ ਨਾਲੇ ਚੰਗਾ ਚੋਖਾ ਤੇ ਖਾ ਆਵਾਂਗੇ ਹਨਾ। ਤੇ ਇੱਥੇ ਕਾਕੂ ਭੈਣ ਜੀ ਨੇੜੇ ਨੇ ਆਪਣੇ ਤੇ ਉਹ ਸਦੇ ਹੀ ਆ ਟਪਕੀ ਤੇ ਆ ਕੇ ਪਤਾ ਰਸੋਈ 'ਚ ਵੜ ਕੇ, ਮਾਂ ਮੈਂ ਕਿਹਾ ਹਾਂ ਕੀ ਬਣਾਇਆ? ਓਏ ਮਾਂ ਹੀ ਕਹਿੰਦੀਆਂ ਨੇ ਮੈਨੂੰ, ਮੰਮੀ ਨਹੀਂ ਕਹਿੰਦੀਆਂ ਹੈਗੀਆਂ ਇਹ ਸਾਰੀਆਂ ਮੈਨੂੰ, ਮੇਰੀਆਂ ਕੁੜੀਆਂ ਮੈਨੂੰ ਮਾਂ ਹੀ ਕਹਿੰਦੀਆਂ ਨੇ, ਮੰਮੀ ਕੋਈ ਨਹੀਂ ਕਹਿੰਦੀ ਹੈਗੀ। ਤੇ ਜਵਾਕ ਵੀ ਦੋ ਤੇ ਦੋਤੀਆਂ ਵੀ ਮਾਂ ਹੀ ਕਹਿੰਦੇ ਆ। ਤੇ ਆਹ ਦੇਖੋ ਤੁਸੀਂ, ਕਹਿੰਦੀ ਕੀ ਬਣਾਈ ਬਣਾਇਆ? ਮੈਂ ਕਿਹਾ ਭਾਈ ਕੀ ਖਾਣਾ ਤੁਸੀਂ? ਆਖੇ ਕੋਈ ਚਟਪਟਾ ਜਿਹਾ ਹੋ ਜੇ। ਮੈਂ ਕਿਹਾ ਚਟਪਟਾ ਦੱਸੋ ਕੀ ਖਾਣਾ? ਆਖੇ ਪਰੌਂਠੇ ਹੀ ਖਾਣੇ ਅਸੀਂ ਤਾਂ। ਮੈਂ ਚੱਲ ਭਾਈ ਪਰੌਂਠੇ ਬਣਾ ਲੈਂਦੇ ਹਾਂ। ਫਿਰ ਮੈਂ ਕਰਕੇ ਸਮਾਨ ਜਿਹਾ ਇਕੱਠਾ ਕੁੜੀਓ ਸਾਰਾ ਲਟਰ ਪਟਰ ਜਿਹਾ ਇਕੱਠਾ ਕਰਕੇ ਭਾਈ ਇਹਦੇ ਵਿੱਚ ਪਾ ਲਿਆ, ਜਿਹੜਾ ਆਹ ਕਰਦੇ ਹੁੰਦੇ ਆ ਕੀ ਕਹਿੰਦੇ ਹੁੰਦੇ ਆ ਇਹਨੂੰ, ਚੋਕਰ ਚੁੱਕਰ, ਤੇ ਇਹਦੇ 'ਚ ਪਾ ਲਿਆ ਕਿ ਚੋਪਰ ਕਹਿੰਦੇ ਆ ਇਹਨੂੰ, ਇਹਦੇ 'ਚ ਪਾ ਕੇ ਤੇ ਮੈਂ ਕਰਕੇ ਇਹਨੂੰ ਭਾਈ ਆਹ ਚੌਪ ਜਿਹਾ ਕਰਕੇ ਕਚਰ ਕੁੰਡਾ ਜਿਹਾ ਇਹਦਾ ਤੇ ਆਹ ਰੱਖ ਲਿਆ। ਤੇ ਆਹ ਮੈਂ ਕਿਹਾ ਹੁਣ ਗੋਭੀ ਹੋਰ ਲਾਓ ਵਿੱਚ। ਮੈਂ ਕਿਹਾ ਭਾਈ ਮਾੜੀ ਮੋਟੀ ਮਦਦ ਕਰ, ਹੁਣ ਮੇਰੇ ਤੋਂ ਇਕੱਲੀ ਤੋਂ ਨਹੀਂ ਹੁੰਦਾ ਹੈਗਾ, ਕੰਮ ਮੇਰੇ ਬਹੁਤ ਨੇ, ਮੈਨੂੰ ਤਾਂ ਕਦੇ ਵੀ ਛੁੱਟੀ ਨਹੀਂ ਹੁੰਦੀ, ਛੁੱਟੀ ਵਾਲੇ ਦਿਨ ਵੀ ਮੈਨੂੰ ਛੁੱਟੀ ਨਹੀਂ ਹੁੰਦੀ। ਆਹ ਚੱਕ ਕੇ ਤੇ ਆਹ ਗੋਭੀ ਵੀ ਇਹਦੇ ਵਿੱਚ ਪਾ ਲਈ, ਇਹ ਵੀ ਕਰਤੀ ਚੌਪ ਆਪਾਂ ਹਨਾ। ਤੇ ਮੈਂ ਕਿਹਾ ਚਲੋ ਕਰੋ ਇਕੱਠਾ ਸਮਾਨ। ਤੇ ਭਾਈ ਇਹਦਾ ਪਰੌਂਠਿਆਂ ਦਾ ਕੀ ਔਖਾ ਹੁੰਦਾ, ਪਰੌਂਠਿਆਂ ਦੇ ਵਿੱਚ ਕੁਛ ਹੀ ਪਾ ਲਾ, ਭਾਵੇਂ ਗਾਜਰਾਂ ਕੱਦੂਕਸ ਕਰਕੇ ਪਾ ਲਾ ਤਾਂ ਵੀ ਪਰੌਂਠੇ ਬਣ ਜਾਂਦੇ ਆ, ਮੂਲੀਆਂ ਪਾ ਲਾ, ਕੋਈ ਇਹ ਜ਼ਰੂਰੀ ਥੋੜ੍ਹੇ ਵੀ ਮੂਲੀਆਂ ਵਾਲੇ ਪਰੌਂਠਿਆਂ ਦਾ ਨਾਮ ਮਸ਼ਹੂਰ ਹੋਇਆ ਪਿਆ, ਗੋਭੀ ਵਾਲੇ ਹੋਏ ਮੂਲੀਆਂ ਵਾਲੇ ਹੋਏ, ਭਾਵੇਂ ਸਲਗਮ ਵੱਢ ਕੇ ਪਾ ਲਓ ਭਾਈ, ਕੁਛ ਪਾ ਲਓ, ਪਰੌਂਠਾ ਤਾਂ ਪਰੌਂਠਾ ਹੀ ਹੁੰਦਾ ਹੈਗਾ। ਆਹ ਦੇਖੋ ਇਹਦੇ 'ਚ ਨਾ ਇਹ ਹੋ ਜਾਂਦਾ ਕਚਰ ਕੁੰਡਾ ਜਾਂ ਮਿੰਟੋ ਮਿੰਟ ਹੋ ਜਾਂਦਾ ਇਹਦੇ ਨਾਲ, ਆ ਵੀ ਵਾਧੂ ਸੁੱਖ ਕਰਤਾ ਹਨਾ ਤਕਨੀਕ। ਮੈਂ ਕਹਿੰਦੀ ਹਾਂ ਪੁੱਛਣਾ ਅੱਗੇ ਕੱਦੂਕਸ ਨੂੰ ਚਿੰਬੜੀਆਂ ਰਹਿੰਦੀਆਂ, ਦੇ ਤੇਰੇ ਦੀ ਲੈ ਤੇਰੇ ਦੀ, ਉਹ ਖੁਚਰ 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 ਪਈ ਹੁੰਦੀ ਸੀਗੀ। ਆ ਚੱਕੋ ਸਮਾਨ ਤੇ ਭਰ ਲਓ ਥਾਲ। ਚਲੋ ਜੀ ਭਰ ਲਿਆ ਥਾਲ ਇਹਦਾ ਆਪਾਂ, ਤੇ ਹੁਣ ਇਹਦਾ ਕੋਈ ਕਰਾਂਗੇ ਲੂਣ ਮਿਰਚ ਤੇ ਆਲੂ ਪਾ ਲਾਂਗੇ ਵਿੱਚ, ਆਹ ਪਾਤਾ ਮੈਂ ਧਨੀਆ ਪਾਤਾ ਵਿੱਚ, ਪੱਤਾ ਗੋਭੀ ਪਾਤੀ ਵਿੱਚ, ਹੋਰ ਪਿਆਜ਼ ਪੂਜੇ ਪਾਤੇ, ਤੇ ਆਲੂ ਵਾਲੇ ਸੀਗੇ ਉਹ ਪਾਤੇ ਹਨਾ। ਉਬਾਲੇ ਤੋਂ ਨਾ ਬੈਬਾਦੀ ਨਿਕਲ ਜਾਂਦੀ ਇਹਨਾਂ 'ਚ, ਫਿਰ ਨਾ ਇਹ ਜ਼ਹਿਰ ਜਿਹਾ ਨਹੀਂ ਬਣਦਾ ਹੈਗਾ। ਨਮਕ ਪਾ ਕੇ ਥੋੜ੍ਹਾ ਜਿਹਾ ਉਬਾਲ ਲਏ ਨਾ ਕੁੜੀਓ ਇਹਨੂੰ, ਤਾਂ ਫਿਰ ਇਹ ਖਰਾਬ ਨਹੀਂ ਕਰਦੇ ਹੈਗੇ, ਜਾਣੀ ਕਿ ਬੈਬਾਦੀ ਨਿਕਲ ਜਾਂਦੀ ਆਲੂਆਂ ਦੀ, ਆਲੂ ਆਲੂ ਨਹੀਂ ਰਹਿ ਜਾਂਦੇ, ਜਾਣੀ ਡਿਜ਼ਾਇਨ ਨਹੀਂ ਰਹਿ ਜਾਂਦਾ ਇਹਨਾਂ ਦਾ ਆਲੂਆਂ ਦਾ। ਤੇ ਇਹ ਆਪਣੇ ਚੱਕੋ ਤੇ ਜੀਸ ਰਸਾ ਕਰੋ ਭਾਈ, ਤੇ ਆਲੂਆਂ ਵਾਲੇ ਪਰੌਂਠੇ ਖਾਓ, ਤੇ ਆਹ ਪਾਓ ਲਾਲ ਮਿਰਚਾਂ। ਇਹ ਮੈਂ ਸਾਬਤੀਆਂ ਲਿਆ ਕੇ ਰਗੜ ਕੇ ਰੱਖਦੀ ਹੁੰਦੀ ਹਾਂ ਘਰੇ, ਸਾਬਤੀਆਂ ਲਿਆਉਂਦੀ ਹਾਂ ਤੇ ਫਿਰ ਆਹ ਦਰੜ ਫੜ ਜੀਆਂ ਕਰਕੇ ਰੱਖ ਦਿੰਦੀ ਹਾਂ, ਮੈਨੂੰ ਸੋਹਣੀਆਂ ਲੱਗਦੀਆਂ ਨੇ ਇਹ ਮੋਟੀਆਂ ਮੋਟੀਆਂ ਜੀਆਂ ਕੁੱਟੀਆਂ ਵੀ ਨਾ। ਆਹ ਦੇਖੋ ਤੁਸੀਂ ਹੁਣ ਆਪਾਂ ਇਹਨੂੰ ਕਰਤਾ ਜੀ ਇਕੱਠਾ ਸਾਰਾ ਲਰਮਾ ਘੋਲ ਜਾ, ਤੇ ਹੁਣ ਇਹਨੂੰ ਦੇਖਦੇ ਆ ਕਿਸੇ ਲੋਟ ਸੈੱਟ ਬੈੱਟ ਕਰਦੇ ਆ, ਤੇ ਇਹ ਕਿਵੇਂ ਕਰਦੇ ਆ ਤੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਭਾਈ। ਆ ਮੈਂ ਚੱਕਿਆ ਪੇੜਾ, ਇੱਕ ਪੇੜੇ ਦੇ ਵਿੱਚ ਆਹ ਪਾ ਕੇ ਇਸ ਮਸਾਲਾ ਜ਼ਿਆਦਾ ਮੱਕੂ ਠੱਪ ਕੇ, ਤੇ ਚੱਲ ਮੇਰਾ ਭਾਈ ਆਹ ਪਾ ਦਿਆਂਗੇ ਹੁਣ, ਆਹ ਇਹਦਾ ਹੁਣ ਕਰਕੇ ਨਾ ਇਕੱਠਾ ਸਾਰਾ ਕੁਛ। ਆਹ ਦੇਖੋ ਤੁਸੀਂ ਪਾਤਾ, ਤੇ ਹੁਣ ਇਹਦਾ ਮੱਕੂ ਠੱਪ ਦਿੰਦੇ ਆਪਾਂ, ਠੀਕ ਹੈ। ਇਹਨੂੰ ਫਿਰ ਆਪਾਂ ਪੋਲਾ ਪੋਲਾ ਜਮੇ ਪੋਲੇ ਪੋਲੇ ਹੱਥ ਨਾਲ ਇਹਨੂੰ ਵੇਲਣਾ, ਕਿਉਂਕਿ ਗੁੱਸਾ ਇਹਦੇ 'ਚ ਵੀ ਪੂਰਾ ਚੜ੍ਹ ਜਾਂਦਾ ਹੈਗਾ ਵੀ ਮੈਨੂੰ ਨੱਪਤਾ ਵਿੱਚ ਹੀ ਇਹਨਾਂ ਨੇ ਤਾਂ,
ਆਹ ਦੇਖੋ ਸਾਹ ਤਾਂ ਕਿਸੇ ਪਾਸੇ ਉਹਨੂੰ ਆਉਂਦਾ ਨਹੀਂ ਅਤੇ ਗੁੱਸਾ ਇਹਨੂੰ ਵੀ ਚੜ੍ਹ ਜਾਂਦਾ ਹੈ, ਅਤੇ ਮੈਂ ਵੀ ਆਹ ਵੱਡਾ ਪਟਕਣਾ ਜਿਹਾ ਲੈ ਲੈਂਦੀ ਹੁੰਦੀ ਹਾਂ ਸਬਜ਼ੀ ਕੱਟਣ ਵਾਲਾ, ਮੈਂ ਆਖਿਆ ਵੇਲਣੇ ਨਾਲ ਉਹਦੇ ਚਕਲੇ 'ਤੇ ਤਾਂ ਛੋਟ ਹੀ ਰਹਿ ਜਾਂਦਾ ਪਰੌਂਠਾ ਹੈ ਨਾ, ਅਤੇ ਵੇਲਣੇ ਨਾਲ ਚਕਲੇ ਨਾਲ ਸੋਰੀ ਚਕਲੇ ਤੋਂ ਬਿਹਤਰ ਤਾਂ ਇਹੀ ਹੈ, ਚੱਲ ਆਹ ਲੈ ਲੈਂਦੇ ਹੈਗੇ ਆ ਸਿਲੀਕੋਨ ਜੇ ਦਾ ਹੈਗਾ ਮੇਰੇ ਕੋਲ, ਕੀ ਕਹਿੰਦੇ ਹੁੰਦੇ ਨੇ ਇਹਨੂੰ, ਇੱਕ ਤਾਂ ਨਾਂ ਨਹੀਂ ਆਉਂਦੇ ਹੈਗੇ ਵਾਲੇ। ਅਤੇ ਆਹ ਦੇਖੋ ਹੁਣ ਇਹਨੂੰ ਆਪਾਂ ਤਵੇ ਨੂੰ ਕਰ ਲਿਆ ਗਰਮ, ਅਤੇ ਆਹ ਭਾਈ ਬੁਰਛ ਜੇ ਨਾਲ ਪੇਂਟਿੰਗ ਜੀ ਕਰਤੀ ਇਹਦੀ, ਅਤੇ ਆਹ ਚੱਕੋ ਤੁਸੀਂ ਆਪਾਂ ਪਾਤਾ ਪਰੌਂਠਾ। ਪਰੌਂਠੇ ਭਾਈ ਤੁਸੀਂ ਖਾਣੇ ਹੋ ਤਾਂ ਆ ਜਾਓ ਕੁੜੀਓ ਕਦੇ, ਹੈ ਨਾ, ਆ ਜਾਓ ਮੇਰੀਆਂ ਬੱਚੀਓ, ਮੇਰੇ ਬੇਟੇ, ਮੇਰੀਆਂ ਭੈਣਾਂ, ਮੇਰੇ ਵੀਰ, ਆਓ ਕਦੇ ਖਾਂਦੇ ਹਾਂ ਬਹਿ ਕੇ ਆਲੂ ਵਾਲੇ ਪਰੌਂਠੇ। ਅਤੇ ਭਾਈ ਜੇ ਤੁਹਾਨੂੰ ਇਹ ਚੰਗੇ ਲੱਗਦੇ ਆ ਤਾਂ ਲਾਈਕ ਕਮੈਂਟ ਕਰ ਦਿਆ ਕਰੋ, ਨਹੀਂ ਚੰਗੇ ਲੱਗਦੇ ਤਾਂ ਭਾਈ ਡਿਸਲਾਈਕ ਕਰ ਦਿਆ ਕਰੋ, ਉਹ ਤੁਹਾਡੀ ਮਰਜ਼ੀ ਰਹੇਗੀ, ਹੈ ਨਾ, ਪਰ ਰਿਸਪੋਂਸ ਜ਼ਰੂਰ ਦਿਆ ਕਰੋ। ਉਡੀਕ ਬਹੁਤ ਰਹਿੰਦੀ ਆ ਮੈਨੂੰ ਤੁਹਾਡੇ ਕਮੈਂਟ ਦੀ, ਚੰਗੇ ਮਾੜੇ ਜਿਵੇਂ ਮਰਜ਼ੀ। ਇੱਕ ਦਿਨ ਮੈਂ ਚੌਲਾਂ ਦਾ ਪਾਤਾ, ਕਈਆਂ ਨੇ ਲਿਖਿਆ ਕਹਿੰਦੇ ਜੀ ਖਿਚੜੀ ਬਣ ਗਈ, ਕਈ ਕਹਿੰਦੇ ਵਧੀਆ ਨਹੀਂ ਬਣਿਆ, ਮੈਂ ਚੱਲ ਭਾਈ ਹੁਣ ਕੱਚੇ ਖਾ ਲੂੰਗੀ, ਹੋਰ ਤਾਂ ਫਿਰ ਕੋਈ ਇਲਾਜ ਨਹੀਂ ਗਾ ਇਹਦਾ, ਹੈ ਨਾ। ਅਤੇ ਚਲੋ ਦੱਸੋ ਭਾਈ ਆਹ ਰੱਖ ਲਈ ਦਹੀਂ ਅਤੇ ਪਰੌਂਠਾ ਰੱਖ ਲਿਆ, ਹੁਣ ਕਾਕੂ ਭੈਣ ਜੀ ਆਹ ਛੋਟੀ ਜਿਹੀ ਟਿੱਕੀ ਰੱਖ ਦਿਆ ਮਸਾਂ ਮੜੀਕ, ਹੁਣ ਖਾਣਗੇ, ਡਾਈਟਿੰਗ ਫਾਈਟਿੰਗ ਵਿੱਚ ਹੀ ਰਹਿ ਜਾਂਦੀ। ਐਤਵਾਰ ਨੂੰ ਕੋਈ ਡਾਈਟਿੰਗ ਨਹੀਂ ਹੁੰਦੀ, ਨਾ ਕਰਿਆ ਕਰੋ ਐਤਵਾਰ ਨੂੰ, ਜਦੋਂ ਸਾਰੇ ਪਾਸੇ ਛੁੱਟੀ ਹੈ ਤਾਂ ਫਿਰ ਡਾਇਟ ਜ਼ਰੂਰੀ ਕਰਨੀ ਆ, ਆਪਾਂ ਡਾਇਟ ਦੇ ਲਮਕੇ ਰਹੋ। ਚਲੋ ਠੀਕ ਹੈ ਜੀ, ਧੰਨਵਾਦ ਜੀ ਸਾਰਿਆਂ ਦਾ।